ਲੋਕਾਂ ਦੀ ਭੀੜ ਤੇ ਹੰਗਾਮੇ ਦੀਆਂ ਇਹ ਤਸਵੀਰਾਂ ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਨੇ, ਜਿੱਥੇ ਚੱਲਦੇ ਸ਼ੋਅ ਦੇ ਵਿੱਚ ਕਿਰਪਾਨਾਂ ਤੇ ਕਿਰਚਾਂ ਨਿਕਲ ਆਈਆਂ, ਜੰਮ ਕੇ ਹੰਗਾਮਾ ਹੋਇਆ ਤੇ ਦੋ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਦੋਵੇਂ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਇੱਥੇ ਬੱਬੂ ਮਾਨ ਦਾ ਲਾਈਵ ਸ਼ੋਅ ਦੇਖਣ ਆਏ ਸਨ। ਇਸੇ ਦੌਰਾਨ ਹੀ ਇਹਨਾਂ ਨੌਜਵਾਨਾਂ ਦੀ ਪਤਨੀ ਤੇ ਸਾਲੀ ਦੇ ਨਾਲ ਕੁਝ ਬਦਮਾਸ਼ਾਂ ਦੇ ਵੱਲੋਂ ਛੇੜਛਾੜ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਗੱਲ ਇੰਨੀ ਵੱਧ ਜਾਂਦੀ ਹੈ ਕਿ ਬਦਮਾਸ਼ ਕਿਰਪਾਨਾਂ ਤੇ ਕਿਰਚਾਂ ਕੱਢ ਲੈਂਦੇ ਨੇ, ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਦੋ ਨੌਜਵਾਨਾਂ ਤੇ ਹਮਲਾ ਕਰ ਦਿੰਦੇ ਨੇ ਜੋ ਆਪਣੇ ਪਰਿਵਾਰ ਦੇ ਨਾਲ ਇੱਥੇ ਸ਼ੋਅ ਦੇਖਣ ਆਏ ਸਨ। ਜ਼ਖਮੀ ਹਾਲਤ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨਾਂ ਨੇ ਦੱਸਿਆ ਹੈ ਕਿ ਲਾਈਵ ਸ਼ੋਅ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਸੀ। ਬੱਬੂ ਮਾਨ ਦਾ ਇਹ ਲਾਈਵ ਸ਼ੋਅ ਬਠਿੰਡਾ ਦੇ ਬਾਬਾ ਫਰੀਦ ਇੰਸਟੀਚਿਊਟ ਦੇ ਵਿੱਚ ਹੋ ਰਿਹਾ ਸੀ, ਜਿੱਥੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ। ਜ਼ਖਮੀ ਨੌਜਵਾਨਾਂ ਨੇ ਦੱਸਿਆ ਹੈ ਕਿ ਇੱਥੇ ਕਾਫੀ ਮੰਡੀਰ ਸੀ, ਹੁੱਲੜਬਾਜ਼ੀ ਕਰ ਰਹੀ ਸੀ, ਲਾਈਵ ਸ਼ੋਅ ਦੇ ਵਿੱਚ ਵੀ ਮਸਤੀ ਕੀਤੀ ਜਾ ਰਹੀ ਸੀ ਅਤੇ ਸੁਰੱਖਿਆ ਦਾ ਇੱਥੇ ਕੋਈ ਵੀ ਇੰਤਜ਼ਾਮ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ। ਤਸਵੀਰਾਂ ਦੇ ਵਿੱਚ ਵੀ ਇਹ ਸਭ ਨਜ਼ਰ ਆਇਆ ਕਿ ਕਿਸ ਤਰ੍ਹਾਂ ਇਹ ਨੌਜਵਾਨ ਹੁੱਲੜਬਾਜ਼ੀ ਕਰ ਰਹੇ ਨੇ, ਪਿੱਲਰਾਂ ਦੇ ਨਾਲ ਲਟਕੇ ਹੋਏ ਨੇ ਅਤੇ ਮੋਢਿਆਂ ਤੇ ਚੜ ਚੜ ਕੇ ਭੰਗੜੇ ਪਾ ਰਹੇ ਨੇ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ। ਇਸੇ ਗੱਲ ਨੂੰ ਲੈ ਕੇ ਹੀ ਇੱਥੇ ਵਿਵਾਦ ਵੀ ਹੋਇਆ ਹੈ ਕਿ ਲੜਕੀਆਂ ਦੇ ਨਾਲ ਛੇੜਛਾੜ ਹੋਈ, ਜਿਸ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਹਥਿਆਰ ਤੱਕ ਨਿਕਲ ਆਏ ਤੇ ਚੱਲਦੇ ਸ਼ੋਅ ਦੇ ਵਿੱਚ ਹੀ ਇਹਨਾਂ ਦੋ ਨੌਜਵਾਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜ਼ਖਮੀਆਂ ਦੇ ਬਿਆਨ ਲੈ ਲਏ ਗਏ ਨੇ ਅਤੇ ਜੋ ਵੀ ਮੁਲਜ਼ਮ ਹੋਏਗਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਹਾਲਾਂਕਿ ਇੱਥੇ ਸਭ ਤੋਂ ਵੱਡੇ ਇਲਜ਼ਾਮ ਜਿਹੜੇ ਨੇ ਇੰਸਟੀਚਿਊਟ ਤੇ ਲੱਗ ਰਹੇ ਨੇ ਕਿ ਇੰਸਟੀਚਿਊਟ ਦੇ ਵੱਲੋਂ ਹੀ ਲਾਪਰਵਾਹੀ ਵਰਤੀ ਗਈ ਹੈ, ਸੁਰੱਖਿਆ ਦੇ ਸਹੀ ਇੰਤਜ਼ਾਮ ਨਹੀਂ ਕੀਤੇ ਗਏ, ਹੁਲੜਬਾਜ਼ੀ ਕਰਦੇ ਨੌਜਵਾਨਾਂ ਨੂੰ ਨਹੀਂ ਰੋਕਿਆ ਗਿਆ ਅਤੇ ਉੱਥੇ ਹੀ ਛੇੜਛਾੜ ਕਰਨ ਦੇ ਲਈ ਵੀ ਇਹ ਮੰਡੀਰ ਪਹੁੰਚੀ ਸੀ, ਜਿਨ੍ਹਾਂ ਦੇ ਨਾਲ ਹੰਗਾਮਾ ਹੋਇਆ, ਵਿਵਾਦ ਨਾ ਭਖਿਆ ਕਿ ਹਥਿਆਰ ਤੱਕ ਨਿਕਲ ਆਏ ਤੇ ਦੋ ਨੌਜਵਾਨ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਫਿਲਹਾਲ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਆਪਣਾ ਉੱਥੇ ਲੇਡੀਜ਼ ਨੂੰ ਮਿਸਬਿਹੇਵ ਕਰਦੇ ਸੀ ਉੱਥੇ, ਕਿੱਥੇ ਆਪਣਾ ਬਾਬਾ ਫਰੀਦ ਕਾਲਜ ਅੰਦਰ ਫੰਕਸ਼ਨ ਨਹੀਂ ਹੋਇਆ ਆਪਣਾ, ਮੈਂ ਅਸੀਂ ਫੈਮਿਲੀ ਨਾਲ ਉੱਠ ਕੇ ਦੇਖਣਾ। ਅੱਛਾ। ਤੇ ਆਪਣਾ ਉੱਥੇ ਮੜੀਰ ਸੀਗੀ, ਉਹ ਪਹਿਲਾਂ ਵੀ ਲੜ ਕੇ ਸੀ, ਅਗਾਂਹ ਵੀ ਲੜਨੇ ਜਾਂਦੇ ਸੀਗੇ ਤੇ ਆਪਣਾ ਲੇਡੀਜ਼ ਨਾਲ ਦੋਨਾਂ ਨਾਲ ਮੇਰੀ ਮਿਸਿਸ ਨਾਲ ਤੇ ਆਪਣੀ ਮੇਰੀ ਸਾਲੀ ਨਾਲ ਦੋਨਾਂ ਨਾਲ ਮਿਸਬਿਹੇਵ ਕਰਕੇ ਅੱਗੇ ਜਾਣ ਲੱਗੇ ਸੀਗੇ। ਮੈਂ ਕਹਿੰਦਾ ਬਈ ਦੇਖ ਕੇ ਥੋੜ੍ਹਾ ਜਿਹਾ ਧਿਆਨ ਨਾਲ, ਤੇ ਬਸ ਇੰਨਾ ਹੀ ਕਹਿਣ ਦੀ ਦੇਰ ਸੀ। ਉਹਨਾਂ ਨੇ ਕਿਸੇ ਨੇ ਕਿਰਪਾਨ ਕੱਢ ਲਈ, ਕਿਸੇ ਨੇ ਕੀ ਕੱਢ ਲਿਆ, ਕਿਸੇ ਨੇ ਕਿਰਚ ਕੱਢ ਲਈ ਤੇ ਸਭ ਇੱਕੋ ਦਮ 30-35-40 ਜਣੇ ਸੀਗੇ, ਸਭ ਇੱਕੋ ਦਮ ਹੀ ਪੈ ਗਏ। ਕੀ ਲੱਗਦਾ ਵੀ ਐਡਾ ਵੱਡਾ ਫੰਕਸ਼ਨ ਕਰਾਇਆ ਗਿਆ ਉੱਥੇ ਸਕਿਉਰਟੀ ਪ੍ਰਬੰਧ ਕੀਤੇ ਗਏ? ਸਕਿਉਰਟੀ ਦਾ 1% ਨਹੀਂ ਪ੍ਰਬੰਧ ਵੀਰੇ, ਨਾ ਕੋਈ ਮੁਲਾਜ਼ਮ ਨਾ ਹੋਰ ਮੁਲਾਜ਼ਮ ਫਿਰਦੇ ਸੀ, ਕੋਈ ਕਿਸੇ ਦੇ ਧਿਆਨ 'ਚ ਸੀ ਆਪਦੇ 'ਚ ਸੀ। ਕਿੰਨਾ ਕੁ ਵੱਡਾ ਇਵੈਂਟ ਸੀਗਾ? ਹਾਂਜੀ, ਕਿੰਨਾ ਕੁ ਵੱਡਾ ਇਵੈਂਟ ਸੀਗਾ? ਬਹੁਤ। ਕਿੰਨਾ ਕੁ ਵੱਡਾ ਫੰਕਸ਼ਨ ਸੀਗਾ? ਫੰਕਸ਼ਨ ਤਾਂ ਬਹੁਤ ਵੱਡਾ ਸੀ, ਸਕਿਉਰਟੀ ਦਾ ਪ੍ਰਬੰਧ ਸੀਗਾ? ਸਕਿਉਰਟੀ ਦਾ 0% ਪ੍ਰਬੰਧ ਸੀ, 1% ਦਾ ਨਹੀਂ ਸੀ। ਕੋਲੇ ਖੜੇ ਸਕਿਉਰਟੀ ਖੜੀ ਸੀ, ਕੋਲੇ ਸਭ ਪਾਸੇ ਹੋ ਕੇ ਖੜ ਕੇ, ਕੋਲੇ ਖੜ ਕੇ ਉਹ 35-40 ਜਣੇ ਨੇ ਹਮਲਾ ਕੀਤਾ ਸਾਡੇ ਤੇ, ਤੇ ਸਕਿਉਰਟੀ ਇੱਕ ਵੀ ਮਦਦ ਲਈ ਨਹੀਂ ਆਇਆ। ਕਿੱਥੇ ਲੜਾਈ ਕਿੱਥੇ ਹੋਈ ਹੈ? ਬਾਬਾ ਫਰੀਦ ਕੀ ਗੱਲ ਕੀ ਹੋ ਗਈ ਸੀ? ਅਸੀਂ ਆਈ ਜਾਂਦੇ ਸੀ ਬਸ ਉੱਥੇ ਦੇਖ ਕੇ ਫੰਕਸ਼ਨ, ਤੇ ਉਹ ਪਿੱਛੇ ਲੜ ਕੇ ਆਏ ਸੀ। ਅੱਛਾ। ਤੇ ਉਹ ਮੇਰੀ ਵਾਈਫ ਨੂੰ ਧੱਕਾ ਮਾਰਿਆ ਉਹਨਾਂ ਨੇ। ਅੱਛਾ। ਮੇਰਾ ਬ੍ਰਦਰ ਕਹਿੰਦਾ ਵੀ ਬਈ ਦੇਖ ਕੇ ਚੱਲੋ ਥੋੜ੍ਹਾ ਜਿਹਾ, ਬਾਈ ਨੇ ਜੀ ਉਹਨਾਂ ਨੇ ਕਿਰਪਾਨਾ ਕੱਢ ਲਿਆ ਤੇ ਕਾਫੀ ਵਾਹਵਾ ਕੁਛ ਸੀ ਉਹਨਾਂ ਕੋਲ। ਕਿੰਨੇ ਕੁ ਮੁੰਡੇ ਸੀਗੇ? ਕੀ ਚੱਲੀ ਜਾਣੀ, ਕੀ ਫੰਕਸ਼ਨ ਕੀ ਚੱਲ ਰਿਹਾ ਸੀ ਉੱਥੇ? ਉੱਥੇ ਸ਼ੋਅ ਸੀਗਾ ਜੀ ਬੱਬੂ ਮਾਨ। ਕਿੰਨੇ ਜ਼ਖਮੀ ਕਿੰਨੇ ਹੋਣੇ ਤੁਸੀਂ? ਦੋ ਜਣੇ। ਅਸੀਂ ਜੀ ਬਾਹਰੋਂ ਆਏ ਸੀਗੇ, ਤੁਰ ਫਿਰ ਕੇ ਗੇੜਾ ਕੱਢ ਕੇ ਆਈ ਜਾਂਦੇ ਸੀਗੇ। ਅਸੀਂ ਜਦੋਂ ਦੇਖਿਆ ਗੇਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ,
ਜਦੋਂ ਅਸੀਂ ਅੰਦਰ ਗਏ ਤੇ ਬਾਈ ਡਿੱਗਿਆ ਹੋਇਆ ਸੀਗਾ ਉਹ, ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਵੀ ਹੋਈ ਸੀਗਾ ਇਹਨਾਂ ਤੇ, ਦੋਵੇਂ ਫੈਮਿਲੀਆਂ ਸੀਗੀਆਂ ਇਹਨਾਂ ਤੇ, ਪੂਰਾ 40-50 ਜਾਣਿਆਂ ਨੇ ਹਮਲਾ ਕੀਤਾ, ਕਿਰਪਾਨਾਂ ਤੇ ਸਾਰਾ ਕੁਛ ਸੀਗਾ ਜੀ ਉਹਨਾਂ ਕੋਲੇ, ਸਾਰੇ ਮੁੰਡੇ ਫਰਾਰ ਹੋ ਗਏ, ਕੋਈ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ। ਠੀਕ ਹੈ ਜੀ, ਫੰਕਸ਼ਨ ਕੀ ਸੀਗਾ ਜੀ ਆਪਾਂ? ਫੰਕਸ਼ਨ ਅੱਜ ਉੱਥੇ ਉਹ ਸੀਗਾ ਜੀ ਆਪਣਾ, ਕੀ ਨਾਂ ਲੈਂਦੇ ਹੁੰਦੇ ਆਪਣਾ, ਹੈ ਲਾਈਵ ਸ਼ੋਅ ਸੀਗੇ ਬੱਬੂ ਮਾਨ ਦਾ ਜੀ ਉੱਥੇ। ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਜੀ, ਬਹੁਤ ਲੱਖਾਂ ਲੋਕ ਸੀਗੇ ਉੱਥੇ। ਕੀ ਲੱਗਦਾ ਵੀ ਸਿਕਿਉਰਿਟੀ ਪ੍ਰਬੰਧ ਹੋਣੇ ਚਾਹੀਦੇ ਸੀ? ਹੋਣਾ ਚਾਹੀਦਾ ਸੀਗਾ ਜੀ, ਸਿਕਿਉਰਿਟੀ ਕਹਿੰਦੇ ਸਾਈਡ ਤੇ ਹੋ ਕੇ ਖੜੀ ਰਹੀ, ਅਸੀਂ ਜਾ ਕੇ ਬਾਈ ਨੂੰ ਆਪ ਚੱਕਿਆ ਉੱਥੇ, ਬੇਹੋਸ਼ ਪਿਆ ਸੀਗਾ, ਬਾਈ ਦੀ ਵਾਈਫ ਉੱਥੇ ਖੜੀ ਸੀਗੀ, ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਰਿਲੇਟਿਵ ਨਿਕਲੇ ਜੀ ਇਹ। ਠੀਕ ਹੈ ਜੀ, ਉਦੋਂ ਬਾਅਦ ਚੋਂ ਅਸੀਂ ਇਹਨਾਂ ਨੂੰ ਉਹ ਕੀਤਾ, ਉੱਥੋਂ ਐਂਬੂਲੈਂਸ 'ਚ ਪਾਇਆ, ਦੂਜੇ ਬਾਈ ਨੂੰ ਗੱਡੀ ਦੇ ਕੇ ਭੇਜਿਆ, ਪਿੱਛੇ ਅਸੀਂ ਆਪ ਆਏ ਹਾਂ ਜੀ ਚਾਰੇ ਜਾਣੇ, ਫਿਰ ਜਾ ਕੇ ਅਸੀਂ ਗੱਲਬਾਤ ਕੀਤੀ, ਹੁਣ ਪਰਚਾ ਉਹ ਫਾਈਲ ਭਰਵਾਈ ਹੈ ਜੀ ਸਾਰਾ ਕੁਛ। ਜ਼ਖਮੀ ਕਿੰਨੇ ਨੇ ਹੋਏ? ਜ਼ਖਮੀ 2 ਜਾਣੇ ਹੋਏ ਆ ਜੀ। ਜਨਾਨੀਆਂ ਵੀ? ਜਨਾਨੀ ਦੇ ਵੀ ਵੱਜੀ ਆ ਜੀ ਹੱਥ ਤੇ ਜੀ, ਭਾਬੀ ਦੇ ਵੀ ਇੱਕ ਦੇ, ਇੱਕ ਮਤਲਬ ਵਾਈ ਮੁੰਡੇ ਦੇ ਵਾਈਫ ਦੇ ਵੀ ਵੱਜੀ ਆ ਜੀ ਇੱਕ ਜਾਣੇ ਦੀ। ਠੀਕ ਹੈ ਜੀ, ਬੱਚਾ ਨਾਲ ਸੀਗਾ ਜੀ ਇੱਕ 4-5 ਸਾਲਾਂ ਦਾ ਜੀ, ਉਹਦੇ ਵੱਜਿਆਂ ਦੀ ਤਾਂ ਬਹੁਤ ਜ਼ਿਆਦਾ ਉਹ ਹੋਣਾ ਸੀ, ਮਾੜਾ ਹੋਣਾ ਸੀਗਾ ਜੀ। ਆਪਾਂ ਉਹਨਾਂ ਨੂੰ ਜਾ ਕੇ ਸਾਰਾ ਹੈਂਡਲ ਕੀਤਾ ਉੱਥੇ, ਕਿਸੇ ਨੇ ਕੋਈ ਨੇੜੇ ਨਹੀਂ ਲੱਗਿਆ ਸਿਕਿਉਰਿਟੀ ਵਾਲਾ। ਉਦੋਂ ਬਾਅਦ ਚੋਂ ਕਹਿੰਦੇ ਕਿ ਅਸੀਂ ਮੋਟਰਸਾਈਕਲ ਲੈ ਕੇ ਆਏ, ਅਸੀਂ ਐਂ ਕੀਤਾ ਜਿਉਂ ਕੀਤਾ, ਸਾਰਾ ਕੁਛ ਮਸਾਂ ਅਸੀਂ ਇੱਥੇ ਲੈ ਕੇ ਆਏ ਹਾਂ ਜੀ।